ਦੇਸ਼ ਦੀਆਂ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਬਾਬਲ ਗੋਲੀकांड ਮਾਮਲੇ ਵਿੱਚ ਅੱਜ ਵੱਡੀ ਪੇਸ਼ੀ ਹੋਈ ਹੈ ਵੱਡੇ ਚਿਹਰੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਨੇ ਸਰ ਦਾ ਜ਼ਿਲ੍ਹਾ ਅਟਾਰਨੀ ਅਫਸਰ ਸਾਡਾ ਮੌਜੂਦ ਨੇ ਰਜਨੀਸ਼ ਜੀ ਸਰ ਅੱਜ ਦੀ ਪੇਸ਼ੀ ਬੜੀ ਅਹਿਮ ਸਮਝੀ ਜਾਂਦੀ ਸੀ ਕਿ ਸਾਰੇ ਚਿਹਰੇ ਜੋ ਹੁਣੇ ਵੱਡੇ ਐਸ ਵਿੱਚ ਅੱਜ ਪਹਿਲੀ ਵਾਰ ਕੋਰਟ ਵਿੱਚ ਇਕੱਠਾ ਪੇਸ਼ ਹੋਏ ਨੇ ਜੀ ਬਿਲਕੁਲ ਅੱਜ ਦੋਨੇ ਕੇਸ ਜਿਹੜੇ ਕੋਰਕਪੂਰਾ ਫਾਇਰਿੰਗ ਕੇਸ ਤੇ ਬਾਬਲ ਕਲਾਂ ਗੋਲੀकांड ਹੈ ਉਸ ਕੇਸ ਦੇ ਵਿੱਚ ਸਾਰੇ ਦੋਸ਼ੀ ਜਿਹੜੇ ਐ ਅੱਜ ਮਾਨਯੋਗ ਅਦਾਲਤ ਸ਼੍ਰੀ ਹਰਬੰਸ ਸਿੰਘ ਲਖੀ ਸਾਹਿਬ ਡਿਸੀਜਨ ਜਰ ਸਾਹਿਬ ਫਰੀਦਕੋਟ ਦੇ ਪੇਸ਼ ਹੋਏ ਐ ਸਰ ਕਿਸ ਤਰ੍ਹਾਂ ਦੀ ਕਾਰਵਾਈ ਰਹੀ ਐ ਅੱਜ ਦੀ ਅਗਲਾ ਕੀ ਕੁਝ ਡਿਸਾਈਡ ਕੀਤਾ ਗਿਆ ਅੱਜ ਦੀ ਕਾਰਵਾਈ ਜਿਹੜੀ ਸੀ ਅੱਜ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਕੇਸ ਕਿਉਂਕਿ ਅੱਜ ਨਵੇਂ ਤੌਰ ਤੇ ਮਾਨਯੋਗ ਸ਼ਰੰਜਾ ਸਾਹਿਬ ਤੋਂ ਟਰਾਂਸਫਰ ਹੋ ਕੇ ਸ਼੍ਰੀ ਹਰਬੰਸ ਸਿੰਘ ਲਖੀ ਸਾਹਿਬ ਦੇ ਫਾਈਲਾਂ ਆਤ ਜਾਈਆਂ ਸਨ ਤੇ ਜਿਹੜੇ ਦੋਸ਼ੀ ਤੇ ਰਹਾ ਉਹਨਾਂ ਦੇ ਵਕੀਲ ਸਾਹਿਬਾਨ ਵੱਲੋਂ ਕੋਸ਼ਿਸ਼ ਚਲਾਣ ਜਿਹੜੇ ਦੀਆਂ ਕਾਪੀਆਂ ਏ ਵੇਖਣਾ ਸੀ ਤੇ ਸਕਰੂਟਿੰਗ ਕਰਨ ਵਾਸਤੇ ਇੱਕ ਤਰੀਕ ਦੀ ਮੰਗ ਕੀਤੀ ਗਈ ਜੋ ਮਾਨਯੋਗ ਅਦਾਲਤ ਨੇ ਉਹਨਾਂ ਨੂੰ 16 ਚਾਰ ਤਰੀਕ ਤੱਕ ਇਹਦੀ ਕਾਪੀ ਜੜੀ ਹੈਗੀਆਂ ਚੈੱਕ ਕਰਨ ਲਈ ਸਮਾਂ ਦਿੱਤਾ ਹੈ ਸਰ ਸੁਮੇਤ ਸਿੰਘ ਸੈਣੀ ਜਿੋਂ ਨੇ ਦੁਆਰਾ ਦੋਵਾਰ ਉਹਨਾਂ ਦੀ ਤਰੀਖ ਹੋਈ ਅੱਜ ਜੀ ਹਾਂ ਅੱਜ ਉਹਨਾਂ ਦਾ ਦੋਨੋਂ ਕੇਸਾਂ ਦੇ ਵਿੱਚ ਕਿਉਂਕਿ ਦੋਨੋਂ ਕੇਸਾਂ ਦੇ ਵਿੱਚ ਉਹਨਾਂ ਨੂੰ ਦੋਸ਼ੀ ਰੱਖਿਆ ਗਿਆ ਹੈ ਇਸ ਕਰਕੇ ਉਹਨਾਂ ਨੂੰ ਦੋਨੋਂ ਕੇਸਾਂ ਦੇ ਵਿੱਚ ਪੇਸ਼ ਹੋਣਾ ਪਿਆ ਤੇ ਇਹ ਲਾਕ ਕਮਿਸਟਰੀਟ ਸਾਹਿਬ ਦੇ ਜਿਹੜਾ ਕੇਸ 123 ਨੰਬਰ ਹੈ ਉਸ ਦੇ ਵਿੱਚ ਉਹਨਾਂ ਨੂੰ 207 ਦੇ ਤਹਿਤ ਅੱਜ ਕਾਪੀ ਮਹੋਈਆ ਕਰਾ ਦਿੱਤੀਆਂ ਗਈਆਂ ਸਰ ਕੁੱਲ ਕਿੰਨੇ ਲੋਕ ਆਜ ਉਪਸਥਿਤ ਹੋਏ ਨੇ ਤੇ ਨਾਮ ਇੱਕ ਵਾਰ ਜਰੂਰ ਜਾਨਾ ਚਾਹਾਂਗਾ ਉਹਨਾਂ ਦੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਡੀਜੀਪੀ ਸੁਮੇਸ਼ ਸਿੰਘ ਸੈਣੀ ਆਈਜੀ ਪਰਮਦਾਸ ਸਿੰਘ ਮੁਰਾਨੰਗਲ 123 ਨੰਬਰ ਕੇਸ ਕੁਟੂਰਾ ਦੇ ਵਿੱਚ ਐਮਐਲਏ ਮਨਤਾਜ ਸਿੰਘ ਬਰਾੜ ਉਸ ਦੇ ਇਲਾਵਾ ਵਿਕਰਮਜੀਤ ਉਸ ਸਲਾਵਾ ਸੁਇਲ ਸਿੰਘ ਬਰਾੜ ਪੰਕਜ ਬਾਂਸਲ ਵਗੈਰਾ ਪੇਸ਼ ਹੋਏ ਹਨ ਸਰ ਆਖਰੀ ਇਹ ਜਾਨਣਾ ਚਾਹੋਗੇ ਤਰੀਕ ਕਿ ਡਿਸਾਈਡ ਕੀਤੀ ਗਈ ਹੈ ਕਿਉਂਕਿ ਸਾਰੇ ਪਹਿਲੇ ਵੱਖਰੇ ਵੱਖਰੇ ਤਰੀਕਾ ਹੁੰਦੀਆਂ ਸੀਗਾ ਇਕੱਠਾ ਪਹਿਲੀ ਵਾਰ ਸ਼ਾਇਦ ਹੋਏ ਨੇ ਜੀ ਜਿਹੜਾ ਮਾਨਯੋਗ ਇਟਲੀ ਦਾਲਤ ਦੇ ਵਿੱਚ ਤਰੀਕ ਰੱਖੀ ਗਈ ਹੈ ਉਹ 16 ਚਾਰ ਰੱਖੀ ਗਈ ਹੈ ਤੇ ਮਾਨਯੋਗ ਐਡੀਸ਼ਨ ਸੈਂਟਰ ਸਾਹਿਬ ਵੱਲੋਂ ਇਸ ਦੀ ਅਗਲੀ ਤਰੀਕ ਜਿਹੜੀ ਹੈ ਉਹ 27 ਚਾਰ 2021 ਮੁਕਰਰ ਕੀਤੀ ਗਈ ਹੈ ਥੈਂਕ ਯੂ ਤਾਂ ਰਣਜੀਤ ਕੁਮਾਰ ਗੋਇਲ ਜੀ ਸਾਡੇ ਨਾਲ ਮੌਜੂਦ ਸਿਗੇ ਪ੍ਰੋਪਰ ਜਾਣਕਾਰੀ ਦਿੱਤੀ ਹੈ ਕਿਉਂਕਿ ਅੱਜ ਪਹਿਲੀ ਵਾਰ ਸਾਰੇ ਜੋ ਇਸ ਵਿੱਚ ਨਾਮਜ਼ਦ ਕਿਤੇ ਵਿਅਕਤੀ ਸਿਗੇ ਪਹਿਲੀ ਵਾਰ ਇਕੱਠੇ ਅੱਜ ਉਹ ਇੱਥੇ ਪੇਸ਼ ਹੋਏ ਸਿਗੇ ਇਸ ਤੋਂ ਪਹਿਲੇ ਤਰੀਕਾ ਹੁੰਦੀ ਸੀ ਕਿ ਵੱਖਰੇ ਵੱਖਰੇ ਪੇਸ਼ ਹੁੰਦੇ ਸਿਗੇ ਫਿਲਹਾਲ ਅਗਲੀ ਤਰੀਕ ਡਿਸਾਈਡ ਕੀਤੀ ਗਈ ਹੈ ਦੇਖਦੇ ਹਾਂ ਕਿ ਮਾਨਯੋਗ ਅਦਾਲਤ ਦੇ ਅਗਲੀ ਕਾਰਵਾਈ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਫਰੀਦਕੋਟ ਤੋਂ ਕੈਮਰਾ ਬਸਨ ਮਰਪੀ ਦਿਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਤ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ पंडित राधे शर्मा चमत्कार होंगे अपनी अखा के सामने चौवी घंटे पाओ हर परेशानी का हाल मुसलमानी रूहानी तो इलावा मोड़ी वशीकरण करवाओ मन चाहन छुटकारा रुकावट विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उजा होगा हर गल सौ फीसदी गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं दवा मोबाइल अठानवे सात सौ अठाठ जीरो 8058558838617